ਲਓ ਵੀ ਮੁੰਡਿਓ, ਜੇ ਤੁਸੀਂ ਵੀ ਅੱਜ ਗਰਮੀਆਂ ਦੀਆਂ ਛੁੱਟੀਆਂ ਚੱਲੇ ਹੋ ਸ਼ਿਮਲੇ ਘੁੰਮਣ, ਤਾਂ ਦੇਖ ਲਓ ਵੀ ਕਿੰਨਾ ਲੰਬਾ ਜਾਮ ਲੱਗਿਆ। ਜੇ ਸਪੋਜ਼ 4 ਘੰਟੇ ਦਾ ਰਸਤਾ, ਤਾਂ ਤੁਹਾਨੂੰ 7-8 ਘੰਟੇ ਲੱਗਣਗੇ। ਦੇਖ ਲਓ ਜਾਮ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਸੋਲਨ ਤੋਂ ਸ਼ਿਮਲਾ ਇੱਥੇ ਨਿਕਲਦੇ ਨਿਕਲਦੇ ਲਗਭਗ 1.5 ਘੰਟਾ ਹੋ ਸਕਦਾ ਵੀ ਲੱਗ ਜਾਵੇ, ਇਸ ਤੋਂ ਵੱਧ ਵੀ ਲੱਗ ਸਕਦਾ ਸਮਾਂ। ਦੇਖੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਦੇਖੋ ਵੀ ਸੋਲਨ ਤੋਂ ਜੇ ਤੁਸੀਂ ਸ਼ਿਮਲਾ ਜਾ ਰਹੇ ਹੋ ਤਾਂ ਦੋਨੋਂ ਪਾਸੇ ਕਿੰਨਾ ਜਾਮ ਹੈ, ਘੰਟਾ 2-2 ਘੰਟੇ ਵੀ ਖੜ੍ਹਨਾ ਪੈ ਸਕਦਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜੇ ਤੁਸੀਂ 4 ਵਜੇ ਨਿਕਲਦੇ ਹੋ ਸ਼ਾਮ ਨੂੰ, ਤਾਂ ਸਪੋਜ਼ ਤੁਸੀਂ ਸ਼ਿਮਲੇ ਸੋਚਦੇ ਹੋ ਵੀ 3 ਘੰਟੇ 'ਚ ਪਹੁੰਚ ਜਾਓਗੇ, ਪਰ ਪਹੁੰਚੋਗੇ ਘੱਟੋ ਘੱਟ ਵੀ ਰਾਤ ਦੇ 12 ਵਜੇ ਤੱਕ। ਦੇਖੋ ਕਿੰਨਾ ਲੰਬਾ ਜਾਮ। ਜੇਕਰ ਤੁਸੀਂ ਵੀ ਸ਼ਿਮਲੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਜਾਂ ਘਰੋਂ ਤੁਰ ਪਏ ਹੋ, ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਲਾਜ਼ਮੀ ਹੈ, ਕਿਉਂਕਿ ਸੋਲਨ ਤੋਂ ਸ਼ਿਮਲੇ ਤੱਕ ਲੰਮੀਆਂ ਲੰਮੀਆਂ ਕਤਾਰਾਂ ਦੋਨੋਂ ਪਾਸਿਓਂ ਲੱਗਦੀਆਂ ਨੇ। ਥੋੜ੍ਹੇ ਸਮੇਂ ਦਾ ਸਫ਼ਰ ਕਈ ਘੰਟਿਆਂ ਦੇ ਵਿੱਚ ਤੈਅ ਹੁੰਦਾ। ਗਰਮੀਆਂ ਦੇ ਮੌਸਮ ਦੇ ਵਿੱਚ ਸੈਂਕੜੇ ਹੀ ਸੈਲਾਨੀ ਸ਼ਿਮਲੇ ਜਾ ਰਹੇ ਨੇ, ਪਰ ਇਹ ਤਸਵੀਰਾਂ ਨੇ ਜਿਹੜੀਆਂ ਸੋਲਨ ਤੋਂ ਸਾਹਮਣੇ ਆਈਆਂ ਨੇ, ਇਹ ਸਾਰੇ ਸ਼ਿਮਲੇ ਜਾ ਰਹੇ ਨੇ। ਗੱਡੀਆਂ ਦੇ ਵਿੱਚ ਲੰਮੀਆਂ ਲੰਮੀਆਂ ਕਤਾਰਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ, ਕਈ ਕਈ ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ। ਦੋਵੇਂ ਪਾਸਿਓਂ ਤੋਂ ਲੰਮਾ ਜਾਮ ਲੱਗਿਆ। ਸੋਲਨ ਤੋਂ ਸ਼ਿਮਲਾ ਤੱਕ ਹੁਣ ਪਹੁੰਚਣਾ ਔਖਾ ਹੋ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕ ਗਰਮੀਆਂ ਦੀਆਂ ਛੁੱਟੀਆਂ ਕਰਕੇ ਸ਼ਿਮਲੇ ਜਾ ਰਹੇ ਨੇ। ਦੱਸ ਦਈਏ ਕਿ ਜੇ ਸਵੇਰੇ ਤੁਰੀਏ ਤਾਂ ਜੇਕਰ 3 ਘੰਟਿਆਂ ਦਾ ਸਫ਼ਰ ਹੈ ਤਾਂ ਉੱਥੇ ਸ਼ਾਮ ਤੱਕ ਤੁਸੀਂ ਸ਼ਿਮਲੇ ਪਹੁੰਚੋਗੇ, ਕਿਉਂਕਿ ਦੋਵੇਂ ਪਾਸਿਓਂ ਲੰਮੀਆਂ ਲੰਮੀਆਂ ਕਤਾਰਾਂ, ਲੰਮਾ ਲੰਮਾ ਜਾਮ ਤੁਹਾਡੇ ਰਾਹ ਦੇ ਵਿੱਚ ਆਵੇਗਾ, ਔਰ ਇਸ ਜਾਮ ਦੇ ਵਿੱਚ ਫਸ ਕੇ ਤੁਸੀਂ ਥੋੜ੍ਹੇ ਸਮੇਂ ਦਾ ਰਸਤਾ ਕਈ ਘੰਟਿਆਂ ਤੱਕ ਤੈਅ ਕਰੋਗੇ। ਲਓ ਵੀ ਮੁੰਡਿਓ, ਜੇ ਤੁਸੀਂ ਵੀ ਅੱਜ ਗਰਮੀਆਂ ਦੀਆਂ ਛੁੱਟੀਆਂ ਚੱਲੇ ਹੋ ਸ਼ਿਮਲੇ ਘੁੰਮਣ, ਤਾਂ ਦੇਖ ਲਓ ਵੀ ਕਿੰਨਾ ਲੰਬਾ ਜਾਮ ਲੱਗਿਆ। ਜੇ ਸਪੋਜ਼ 4 ਘੰਟੇ ਦਾ ਰਸਤਾ, ਤਾਂ ਤੁਹਾਨੂੰ 7-8 ਘੰਟੇ ਲੱਗਣਗੇ। ਦੇਖ ਲਓ ਜਾਮ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਸੋਲਨ ਤੋਂ ਸ਼ਿਮਲਾ ਇੱਥੇ ਨਿਕਲਦੇ ਨਿਕਲਦੇ ਲਗਭਗ 1.25 ਘੰਟਾ ਹੋ ਸਕਦਾ ਵੀ ਲੱਗ ਜਾਵੇ, ਇਸ ਤੋਂ ਵੱਧ ਵੀ ਲੱਗ ਸਕਦਾ ਸਮਾਂ। ਦੇਖੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਦੇਖੋ ਵੀ ਸੋਲਨ ਤੋਂ ਜੇ ਤੁਸੀਂ ਸ਼ਿਮਲਾ ਜਾ ਰਹੇ ਹੋ ਤਾਂ ਦੋਨੋਂ ਪਾਸੇ ਕਿੰਨਾ ਜਾਮ ਹੈ, ਘੰਟਾ 2-2 ਘੰਟੇ ਵੀ ਖੜ੍ਹਨਾ ਪੈ ਸਕਦਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜੇ ਤੁਸੀਂ 4 ਵਜੇ ਨਿਕਲਦੇ ਹੋ ਸ਼ਾਮ ਨੂੰ, ਤਾਂ ਸਪੋਜ਼ ਤੁਸੀਂ ਸ਼ਿਮਲੇ ਸੋਚਦੇ ਹੋ ਵੀ 3 ਘੰਟੇ 'ਚ ਪਹੁੰਚ ਜਾਓਗੇ, ਪਰ ਪਹੁੰਚੋਗੇ ਘੱਟੋ ਘੱਟ ਵੀ ਰਾਤ ਦੇ 12 ਵਜੇ ਤੱਕ। ਦੇਖੋ ਕਿੰਨਾ ਲੰਬਾ ਜਾਮ। ਜੇਕਰ ਤੁਸੀਂ ਵੀ ਸ਼ਿਮਲੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਜਾਂ ਘਰੋਂ ਤੁਰ ਪਏ ਹੋ, ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਲਾਜ਼ਮੀ ਹੈ, ਕਿਉਂਕਿ ਸੋਲਨ ਤੋਂ ਸ਼ਿਮਲੇ ਤੱਕ ਲੰਮੀਆਂ ਲੰਮੀਆਂ ਕਤਾਰਾਂ ਦੋਨੋਂ ਪਾਸਿਓਂ ਲੱਗਦੀਆਂ ਨੇ। ਥੋੜ੍ਹੇ ਸਮੇਂ ਦਾ ਸਫ਼ਰ ਕਈ ਘੰਟਿਆਂ ਦੇ ਵਿੱਚ ਤੈਅ ਹੁੰਦਾ। ਗਰਮੀਆਂ ਦੇ ਮੌਸਮ ਦੇ ਵਿੱਚ ਸੈਂਕੜੇ ਹੀ ਸੈਲਾਨੀ ਸ਼ਿਮਲੇ ਜਾ ਰਹੇ ਨੇ, ਪਰ ਇਹ ਤਸਵੀਰਾਂ ਨੇ ਜਿਹੜੀਆਂ ਸੋਲਨ ਤੋਂ ਸਾਹਮਣੇ ਆਈਆਂ ਨੇ, ਇਹ ਸਾਰੇ ਸ਼ਿਮਲੇ ਜਾ ਰਹੇ ਨੇ। ਗੱਡੀਆਂ ਦੇ ਵਿੱਚ ਲੰਮੀਆਂ ਲੰਮੀਆਂ ਕਤਾਰਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ, ਕਈ ਕਈ ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ। ਦੋਵੇਂ ਪਾਸਿਓਂ ਤੋਂ ਲੰਮਾ ਜਾਮ ਲੱਗਿਆ। ਸੋਲਨ ਤੋਂ ਸ਼ਿਮਲਾ ਤੱਕ ਹੁਣ ਪਹੁੰਚਣਾ ਔਖਾ ਹੋ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕ ਗਰਮੀਆਂ ਦੀਆਂ ਛੁੱਟੀਆਂ ਕਰਕੇ ਸ਼ਿਮਲੇ ਜਾ ਰਹੇ ਨੇ। ਦੱਸ ਦਈਏ ਕਿ ਜੇ ਸਵੇਰੇ ਤੁਰੀਏ ਤਾਂ ਜੇਕਰ 3 ਘੰਟਿਆਂ ਦਾ ਸਫ਼ਰ ਹੈ ਤਾਂ ਉੱਥੇ ਸ਼ਾਮ ਤੱਕ ਤੁਸੀਂ ਸ਼ਿਮਲੇ ਪਹੁੰਚੋਗੇ, ਕਿਉਂਕਿ ਦੋਵੇਂ ਪਾਸਿਓਂ ਲੰਮੀਆਂ ਲੰਮੀਆਂ ਕਤਾਰਾਂ, ਲੰਮਾ ਲੰਮਾ ਜਾਮ ਤੁਹਾਡੇ ਰਾਹ ਦੇ ਵਿੱਚ ਆਵੇਗਾ, ਔਰ ਇਸ ਜਾਮ ਦੇ ਵਿੱਚ ਫਸ ਕੇ ਤੁਸੀਂ ਥੋੜ੍ਹੇ ਸਮੇਂ ਦਾ ਰਸਤਾ ਕਈ ਘੰਟਿਆਂ ਤੱਕ ਤੈਅ ਕਰੋਗੇ।